ਰਾਣੋ ਰਾਣੋ ਗੱਲ ਸੁਣ ਕੀ ਹੋਇਆ ਕੱਲ ਤੇਰੀ ਅੰਗਰੇਜ਼ਨ ਭਾਬੀ ਸਾਡੇ ਘਰ ਆ ਗਈ ਨਹੀਂ ਹਾਂ ਇਹ ਮੈਨੂੰ ਕਹਿੰਦੀ ਸੀ ਮੈਂ ਚੱਕਰ ਮਾਰਨ ਚੱਲੀ ਹਾਂ ਨਹੀਂ ਆ ਕੇ ਬਹਿ ਗਈ ਤੇ ਮੈਂ ਕਿਹਾ ਇਹਨੂੰ ਕੀ ਗੱਲਬਾਤ ਕਰਾਂ ਤੇ ਮੈਂ ਕੋ ਨਾ ਅੰਗਰੇਜ਼ੀ ਦਾ ਇੱਕ ਲਫ਼ਜ਼ ਸਿੱਖਿਆ ਸੀ ਤੇ ਮੈਂ ਉਹੀ ਬੋਲਦਾ ਮੈਂ ਕਿਹਾ ਹਾਅ ਆਰ ਯੂ ਤੇ ਅੱਗੋਂ ਮੈਨੂੰ ਕਹਿੰਦੀ ਫੈਨ ਮੈਂ ਕਿਹਾ ਖੜ ਤੈਨੂੰ ਫੈਨ ਕਿੱਥੋਂ ਦਵਾਂ ਹੈ ਮੈਂ ਤਾਂ ਉਹਨੂੰ ਫੈਨ ਲੈਣ ਸੀ ਭੇਜਾਉਣੇ ਤੇ ਹੋਰ ਕੀ ਲੈ ਨਹੀਂ ਮੈਂ ਕਿਹਾ ਸਾਡਾ ਛੱਤ ਵਾਲਾ ਜਿਹੜਾ ਫੈਨ ਆ ਉਹ ਖਰਾਬ ਆ ਦੂਜੇ ਚੋਂ ਅੱਗ ਨਿਕਲੀ ਆਈ ਕੱਲ੍ਹ ਜਿਹੜਾ ਦੂਜਾ ਵਾ ਹੈ ਤੇ ਤੂੰ ਕਿਹੜਾ ਮੰਗਣ ਆ ਗਈ ਮੈਂ ਕੋਈ ਐਡੇ ਰੋਬ ਨਾ ਕੇ ਮੰਗਿਆ ਜਦੋਂ ਮੈਨੂੰ ਕੱਲ੍ਹ ਫੜਾ ਕੇ ਗਈ ਹੋਵੇ ਆਹ ਹਾਂ ਮਾਂ ਤਾਂ ਚੰਗੀ ਸੁਣਾਈ ਫੇ ਉਹਨੂੰ ਆਹੋ ਚੰਗਾ ਕੀਤਾ ਹਾਂ ਨਹੀਂ ਅਸੀਂ ਕਦੀ ਕਿਸੇ ਦਾ ਮੰਗੇ ਨਹੀਂ ਜਾ ਕੇ ਫੈਨ ਮੰਗਣ ਲੱਗ ਹੋਰ ਕੀ ਮੈਂ ਕਿਹਾ ਲੈ ਲਾ ਆਹ ਛੇ ਨੂੰ ਤਾਂ ਰਾਣੋ ਜੀ ਨੱਕ ਕਟਾਓਗੇ ਹੈ ਮੈਂ ਕਿਹਾ ਛੇ ਨੂੰ ਆਹ ਕਿੱਡਾ ਗਲਤ ਕਰੀਏ ਮੈਂ ਜਾ ਕੇ ਰਾਣੋ ਨੂੰ ਦੱਸਦੀ ਹਾਂ ਸਹੀ ਕੀਤਾ ਨਹੀਂ ਮੈਂ ਅੰਮੀ ਨੂੰ ਜਾ ਕੇ ਕਹਿੰਦੀ ਹਾਂ ਜਾ ਕੇ ਫੈਨ ਲੈ ਨਹੀਂ ਅੱਜ ਮੈਨੂੰ ਦੇਖਿਆ ਤੇਰੀ ਭਾਬੀ ਨੇ ਤਾਂ ਐ ਮੂੰਹ ਜੇ ਬਣਾ ਕੇ ਸਾਈਡ ਤੇ ਮੂੰਹ ਕਰ ਲਿਆ ਮੈਂ ਕਿਹਾ ਜਾ ਤੂੰ ਬੜੀ ਆਈ ਮੈਂ ਕਿਹਾ ਫੈਨ ਮੰਗਣ ਵਾਲੀ ਫੈਨ ਲੈਣ ਭੇਜਿਆ ਨਹੀਂ ਉਹ ਆਈ ਕਾ ਤੂੰ ਹੈ ਉਹਨਾਂ ਦੇ ਆਪਦੇ ਕਮਰੇ 'ਚ ਫੈਨ ਲੱਗਾ ਹੋਇਆ ਕੂਲਰ ਲੱਗਾ ਹੋਇਆ ਮੈਨੂੰ ਕੀ ਪਤਾ ਮੰਗਣ ਆ ਗਈ ਉਹ ਭੈੜੀ ਆਦਤ ਆ ਲਾਈਕੀ